ਯੰਦਾ ਵਿੱਚ ਨਾ ਵੱਜਦੇ ਬੰਦੇ ਰੱਬਾ ਤੈਨੂੰ ਥੋੜੇ ਕਿਹੜੀ ਤੈਥੋਂ ਵੀ ਨੀ ਰੱਜਦੇ ਬੰਦੇ ਰੱਬਾ ਤੈਨੂੰ ਥੋੜੇ ਕਿਹੜੀ ਤੈਥੋਂ ਵੀ ਨੀ ਰੱਜਦੇ ਬੰਦੇ ਕਸਮੇ ਮੰਜ਼ਲ ਮਿਲ ਜਾਣੀ ਸੀ ਇੱਕ ਪਾਸੇ ਜੇ ਭੱਜਦੇ ਬੰਦੇ ਇੱਕ ਪਾਸੇ ਜੇ ਭੱਜਦੇ ਸੋ ਸਤਿ ਸ਼੍ਰੀ ਅਕਾਲ ਬਾਈ ਆਪਦੇ ਪਿੰਡ ਦੇ ਵਿੱਚ ਗਾਉਣ ਦਾ ਪਹਿਲੀ ਵਾਰੀ ਮੌਕਾ ਮਿਲਿਆ ਸੋ ਥੈਂਕ ਯੂ ਰਵਿੰਦਰ ਬਾਈ ਦਾ ਸੋ ਇੱਕ ਗੀਤ ਮੇਰਾ ਮਾਰਕੀਟ ਹਲੇ ਆਇਆ ਜ਼ਿਆਦਾ ਟੀ ਵੀ 'ਤੇ ਤਾਂ ਨਹੀਂ ਆਇਆ ਯੂਟਿਊਬ 'ਤੇ ਸੁਣ ਸਕਦੇ ਹੋ ਵੀਕਐਂਡ ਉਹ ਪਰਦੇਸੀ ਬੰਦਿਆਂ ਲਈ ਲਿਖਿਆ ਸੀ ਜਿਹੜੇ ਘਰਾਂ ਤੋਂ ਬਾਹਰ ਰਹਿੰਦੇ ਆ ਉਹ ਸੱਚੀਆਂ ਸੁਣਾਓ ਜੱਟ ਮਿੱਤਰੋ ਜਿਹੜੇ ਜਿਹੜੇ ਪਿੰਡ ਛੱਡ ਆਏ ਨੇ ਛੱਡਿਆ ਹੋਣਾ ਏ ਕੀ ਉਹਨਾਂ ਨੇ ਜਿੰਨਾ ਪਰਦੇਸੀ ਡੇਰੇ ਲਾਏ ਨੇ ਕਿਸੇ ਛੱਡਿਆ ਬੇਬੇ ਤੇ ਬਾਪੂ ਆਪਣਾ ਕਈਆਂ ਛੱਡੇ ਹੋਣੇ ਘਰ ਪਰਿਵਾਰ ਬੱਲਿਆ ਉਹ ਰੱਬ ਜਾਣਦਾ ਕਿ ਵੀਕਐਂਡ ਦੀ ਆਸ ਤੇ ਅਸੀਂ ਦਈਏ ਹਰ ਹਫਤਾ ਗੁਜ਼ਾਰ ਬੱਲਿਆ ਛੱਡ ਆਏ ਜੋ ਹਾਲਾਤ ਵੇਖ ਕਰਦੇ ਇਹੀ ਸੋਚ ਕੇ ਇੱਕ ਦਿਨ ਚੰਗੇ ਆਉਣਗੇ ਜਦੋਂ ਬਾਪੂ ਸੀ ਜਵਾਨੇ ਤਾਂ ਉਦੋਂ ਦੀ ਖੜੀ ਐ ਉਹ ਜਿਹੜੀ ਲੰਡੀ ਜੀਪ ਵੇਖਦੀ ਮਲੋਟ ਬਲੀਏ ਓਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ ਉਹ ਜਿੰਨੀ ਮੇਰੇ ਯਾਰਾਂ ਦੀ ਐ ਵੋਟ ਬਲੀਏ ਉਹ ਮਹਿੰਗੀਆਂ ਜ਼ਮੀਨਾਂ ਦਾ ਦਸ਼ੇਜ ਹੋਟਰੀ ਚੰਡੀਗੜ੍ਹ ਵੜਦੇ ਜੱਟਾਂ ਨੂੰ ਬਹੁਤੀ ਹੋ ਗਿਆ ਸੀ ਕਲਾ ਤੇ
ਯਾਰਾਂ ਨੇ ਬੜਾ ਸੀ ਬੋਦੀ ਹੋ ਗਿਆ ਸੀ ਆਟ ਇਸ ਲਈ ਤਾਂ ਕੰਮ ਸਾਰਾ ਹੋ ਗਿਆ ਕਰਾਟ ਛੱਡ ਕੇ ਬਗੰਗ ਪੁੱਤ ਹਾਰ ਬੱਲੀਏ ਸੜੀਆਂ ਪੀਆਂ ਮਾਂ ਦੀ ਬੁੱਕ ਲਾਇ
ਦੇ ਨਿੱਗ ਬਾਜੋ ਰੱਬਾ ਸਾਥ ਹੋਇਆ ਕੀ ਕਸੂਰ, ਰੱਬਾ ਸਾਥ ਹੋਇਆ ਕੀ ਕਸੂਰ।